अस्सलाम वालेकुम जी, मैं तुहाडा अपना होस्ट बाबा जी, सिव हिस्टोरिकल प्लेसिस ऑफ पाकिस्तान, खालसा राज फुटस्टेप्स इन पाकिस्तान, सिव गुरुद्वारा एंड टेंपल्स ऑफ पाकिस्तान और मेरा सोना पंजाब, तमाम पेजेस के नाल मैं तुहाडा अपना होस्ट हाँ बाबा जी। आज मैं आया वहाँ गुजरांवाला जिहड़ा कि सिख राज की बुनियाद समझा जाता है, कि जिथों सिख राज शुरू हुंदा है और उस तो बाद आहिस्ता आहिस्ता उन्हूं अरूज भी मिलता है। मैं इस वेले अज है जिहड़ी जगह है, यह जिहड़ा पार्क नज़र आ रहा है तुहानूं, यह बाग नज़र आ रहा है, इहनूं कहिंदे ने शेरां वाला बाग। जी हाँ, यह शेरां वाला बाग है। ये महाराजा रणजीत सिंह दे वड्डे पुत्र जिहड़े ने उन्हां दे नाम दे उत्ते बनाया गया यह शेरां वाला बाग सी। ਇਹਦਾ ਕੁੱਲ ਰਕਬਾ ਜਿਹੜਾ ਸੀ ਇੱਕ ਮੁਰੱਬਾ ਸੀ, ਹੁਣ ਘੱਟ ਹੋ ਕੇ ਕੁਝ ਸਰਕਾਰੀ ਅਮਲਾਕ ਬਣ ਗਈਆਂ ਨੇ ਔਰ ਕੁਝ ਚੀਜ਼ਾਂ ਦੇ ਵਿੱਚ ਵੈਸੇ ਐਡੀਸ਼ਨ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ। ਇਹਦੇ ਨਾਲ ਹੀ ਕਾਰਨਰ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦੇ ਪਿਓ ਦੀ ਸਮਾਧ ਹੈ, ਜਿਹੜੀ ਕਿ ਅੱਜ ਵੀ ਅਗਰ ਥੋੜ੍ਹੀ ਜਿਹੀ ਰੈਨੋਵੇਟ ਕੀਤੀ ਜਾਏ ਤਾਂ ਬਹੁਤ ਅੱਛੀ ਹਾਲਤ ਵਿੱਚ ਜਾ ਸਕਦੀ ਹੈ। ਅੱਜ ਦਾ ਮੇਰਾ ਇਹ ਸਾਰਾ ਦਿਨ ਜਿਹੜਾ ਖਾਲਸਾ ਪੰਥ ਦੇ ਨਾਮ ਹੈ ਔਰ ਮੈਂ ਦਿਖਾਉਣਾ ਚਾਹੁੰਦਾ ਵਾਂ ਕਿ ਆਖਿਰ ਉਹ ਕਿਹੜੀਆਂ ਵਜੂਹਾਤ ਸਨ, ਉਹ ਕਿਹੜੀਆਂ ਚੀਜ਼ਾਂ ਸਨ ਕਿ ਵੀ ਇੱਕ ਪੰਜਾਬ ਦਾ ਪੁੱਤਰ ਉੱਠਿਆ ਔਰ ਉਹਨੇ ਪੂਰੇ ਪੰਜਾਬ ਨੂੰ ਲੈ ਕੇ ਕਸ਼ਮੀਰ, ਗਿਲਗਿਤ, ਬਲਤਿਸਤਾਨ, ਈਵਨ ਦੈਨ ਕਾਬਲ ਦੀਆਂ ਬੁਨਿਆਦਾਂ ਤੱਕ ਜਾ ਪਹੁੰਚਿਆ ਔਰ ਉਧਰੋਂ ਮੁਲਤਾਨ ਦੇ ਉੱਤੇ ਜਾ ਕੇ ਕਬਜ਼ਾ ਕੀਤਾ। ਅਖੀਰ ਸਤਲੁਜ, ਬਿਆਸ, ਰਾਵੀ, ਚਨਾਬ, ਪੰਜਾਂ ਦਰਿਆਵਾਂ ਦੀ ਸਰਜ਼ਮੀਨ ਜਿਹੜੀ ਸੀ ਉਹ ਜਿਹੜੀ ਹੈ ਫਤਿਹ ਹੋਈ ਔਰ ਪੰਜਾਬ ਦਾ ਹਿੱਸਾ ਬਣੀ ਔਰ ਗ੍ਰੇਟਰ ਪੰਜਾਬ ਜਿਹਦਾ ਕਿ ਅੱਜ ਤਸੱਵਰ ਹੀ ਕੀਤਾ ਜਾ ਸਕਦਾ ਉਹ ਸਿਰਫ ਸਿੱਖ ਰਾਜ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦਾ, ਜਾਂ ਉਹਦਾ ਨਕਸ਼ਾ ਚੁੱਕ ਕੇ ਵੇਖੋ ਤਾਂ ਫਿਰ ਤੁਹਾਨੂੰ ਮਿਲਦਾ। ਇਹ ਸਾਹਮਣੇ ਜਿਹੜੀ ਖੂਬਸੂਰਤ ਜੀ ਬਾਰਾਦਰੀ ਤੁਹਾਨੂੰ ਨਜ਼ਰ ਆ ਰਹੀ ਹੈ, ਬਜ਼ਾਹਿਰ ਤਾਂ ਬਿਲਕੁਲ ਆਮ ਜੀ ਦਿਸ ਰਹੀ ਹੈ, ਲੇਕਿਨ ਇਹ ਬਹੁਤ ਅੰਦਰੋਂ ਬਿਊਟੀਫੁੱਲ ਹੈ। ਬਹੁਤ ਖੂਬਸੂਰਤ ਕਿਸਮ ਦਾ ਵਾਲ ਫਰੈਸਕੋ ਇਹਦੇ 'ਤੇ ਕੀਤਾ ਗਿਆ। ਇਹ ਤਕਰੀਬਨ ਕੋਈ 3 ਈਅਰਸ ਪਹਿਲੇ ਹੀ ਇਹਨੂੰ ਸਟਾਰਟ ਕੀਤਾ ਗਿਆ ਸੀ ਔਰ 2 ਈਅਰਸ ਪਹਿਲੇ ਜਿਹੜੀ ਹੈ ਇਹ ਮੁਕੰਮਲ ਹੋਈ ਔਰ ਬਹੁਤ ਖੂਬਸੂਰਤ ਤਰੀਕੇ ਨਾਲ ਉਹਨੂੰ ਰਿਸਟੋਰ ਕੀਤਾ ਗਿਆ, ਲੇਕਿਨ ਇਹਦੀ ਜਿਹੜੀ ਸ਼ੇਪ ਸੀ ਉਹਨੂੰ ਛੇੜਿਆ ਨਹੀਂ ਗਿਆ, ਸਿਰਫ ਔਰ ਸਿਰਫ ਇਹਦੇ ਬਾਹਰ ਦੀਆਂ ਦੀਵਾਰਾਂ ਜਿਹੜੀਆਂ ਨੇ ਉਹਨਾਂ ਨੂੰ ਮੁਰੰਮਤ ਕੀਤਾ ਗਿਆ ਔਰ ਅੰਦਰ ਆਰਟ ਵਰਕ ਨੂੰ ਦੁਬਾਰਾ ਕੀਤਾ ਗਿਆ, ਜਿਹੜਾ ਕਿ ਸਮੇਂ ਦੇ ਨਾਲ 180 ਸਾਲ ਗੁਜ਼ਰਨ ਤੋਂ ਬਾਅਦ ਇਹ ਸਾਰਾ ਕੁਛ ਜਿਹੜਾ ਸੀ ਵਿਨਿਸ਼ਡ ਹੋ ਗਿਆ ਸੀ। ਉਹਨੂੰ ਗਵਰਨਮੈਂਟ ਆਫ ਪੰਜਾਬ ਔਰ ਖਾਲਸਾ ਪੰਥ ਦੇ ਤਾਵਨ ਦੇ ਨਾਲ ਦੁਬਾਰਾ ਖੜਾ ਕੀਤਾ ਗਿਆ ਸੀ। ਇਹ ਸ਼ੇਰ ਸਿੰਘ ਦੀ ਬਾਰਾਦਰੀ ਹੈ ਜੀ। ਇੱਕ ਬਾਰਾਦਰੀ ਤੁਹਾਨੂੰ ਮੈਂ ਲਾਹੌਰ 'ਚ ਦਿਖਾਈ ਹੈ ਔਰ ਮੈਂ ਅੱਜ ਪਹੁੰਚਿਆ ਵਾਂ ਖਾਲਸਾ ਫੁੱਟਸਟੈਪਸ ਲੱਭਦਿਆਂ ਹੋਇਆ ਗੁਜਰਾਂਵਾਲਾ, ਕਿ ਜਿੱਥੋਂ ਸਿੱਖ ਖਾਲਸਾ ਰਾਜ ਦੀ ਬੁਨਿਆਦ ਪੈਂਦੀ ਹੈ। ਇਹ ਦੇਖੋ ਤੁਸੀਂ, ਬਹੁਤ ਜ਼ਿਆਦਾ ਸਾਰੇ ਲੋਕ ਮੈਨੂੰ ਕਹਿੰਦੇ ਨੇ ਕਿ ਵੀ ਪਾਕਿਸਤਾਨ ਕੋਲ ਐਡਾ ਜ਼ਿਆਦਾ ਕੁਛ ਹੈ ਖਾਲਸਾ ਰਾਜ ਦਾ ਅਤੇ ਉਹਦੀ ਕੇਅਰ ਨਹੀਂ ਹੋ ਰਹੀ, ਉਹਨੂੰ ਸਾਂਭਿਆ ਨਹੀਂ ਜਾ ਰਿਹਾ, ਲੇਕਿਨ ਸਾਂਭਿਆ ਜਾ ਰਿਹਾ, ਲੇਕਿਨ ਬਹੁਤ ਮੁਸ਼ਕਿਲ ਹੈ ਸਾਂਭਣਾ ਇਹਨਾਂ ਨੂੰ ਔਰ ਰੀਸਟੋਰ ਕਰਕੇ ਦੁਬਾਰਾ ਉਸੇ ਹਾਲਤ 'ਚ ਲੈ ਕੇ ਆਉਣਾ ਜਿਸ ਤਰ੍ਹਾਂ ਕਿ ਪਹਿਲੇ ਹੁੰਦੇ ਸੀ 180 ਸਾਲ ਪਹਿਲੇ ਜਾਂ 160 ਸਾਲ ਪਹਿਲੇ। ਇਹਨਾਂ ਨੂੰ ਪੋਸੀਬਲ ਨਹੀਂ ਹੈ ਕਿ ਉਸ ਤਰੀਕੇ ਨਾਲ ਦੁਬਾਰਾ ਰਿਸਟੋਰ ਕੀਤਾ ਜਾਏ, ਲੇਕਿਨ ਫਿਰ ਵੀ ਮੈਂ ਕਹਿੰਦਾ ਵਾਂ ਕਿ ਕਾਬਲੇ ਤਾਰੀਫ ਹੈ ਗਵਰਨਮੈਂਟ ਆਫ ਪੰਜਾਬ ਔਰ ਆਰਕਿਓਲੋਜੀ ਡਿਪਾਰਟਮੈਂਟ ਦੀ ਇਹ ਕਾਵਿਸ਼ ਜਿਹੜੀ ਹੈ ਬਹੁਤ ਹੀ ਮੈਨੂੰ ਬਹੁਤ ਅੱਛਾ ਲੱਗਾ। ਇਹ ਦੇਖੋ ਤੁਸੀਂ ਕਿ ਇਹ ਜਿਹੜਾ ਵਾਲ ਫਰੈਸਕੋ ਹੈ ਉਹਨੂੰ ਕਿਸ ਖੂਬਸੂਰਤੀ ਦੇ ਨਾਲ ਜਿਹੜਾ ਦੁਬਾਰਾ ਤੋਂ ਰਿਸਟੋਰ ਕੀਤਾ ਗਿਆ। ਤੁਸੀਂ ਦੇਖ ਰਹੇ ਹੋ ਬਾਰਾਦਰੀ ਸ਼ੇਰ ਸਿੰਘ। ਗੁਜਰਾਂਵਾਲਾ ਦੇ ਵਿੱਚ ਅਗਰ ਤੁਸੀਂ ਰੇਲਵੇ ਸਟੇਸ਼ਨ ਤੋਂ ਥੋੜ੍ਹੇ ਜਿਹੇ ਫਾਸਲੇ 'ਤੇ ਆਓ ਤਾਂ ਪਤਾ ਚੱਲੇਗਾ, ਮੇਨ GT ਰੋਡ ਦੇ ਉੱਤੇ ਹੀ ਇਹ ਬਾਰਾਦਰੀ ਦਾ ਬਾਗ ਹੈ ਜਿਹੜਾ ਕਿ ਅੱਜ ਵੀ ਮੌਜੂਦ ਹੈ। ਖੂਬਸੂਰਤ ਆਰਟ ਵਰਕ ਹੈ। ਕੁਝ ਲੋਕ ਚਾਰ ਦਰੀ ਨੂੰ ਵੀ ਬਾਰਾਦਰੀ ਕਹਿੰਦੇ ਨੇ, ਪਲੀਜ਼ ਮੇਰੀ ਗੱਲ ਨੂੰ ਸਮਝੋ ਔਰ ਇਸ ਬਹੁਤ ਹੀ ਪੱਤੇ ਵਾਲੀ ਗੱਲ ਹੈ ਕਿ ਜਦ ਤੱਕ 12 ਦਰ ਨਹੀਂ ਹੋਣਗੇ, ਦੇਖੋ 3-3 ਮਿਲਾ ਕੇ ਚਾਰੋਂ ਪਾਸੇ
तीन तीन दर खुलणगे तो फिर ही बारादरी बनती है। एक बारादरी बाहर है और एक बारादरी अंदर है, डबल बारादरी। देखो तुसी वो तुहानूं तीन तीन दरे यह बारले पासे भी नज़र आ रहे होणगे, यह तीन ने और फिर यह तीन ने। ऐसे तरह फोर साइडेड दे उत्ते अगर गिनिया जाए तो 24 दरियां बनदियां ने, यानी कि 12 दरी के अंदर भी बारादरी बनी हुई है। अमूमन वैसे बारादरियां जिहड़ियां सिख राज बनाई गई ने वो समर पैलेस या समर सिटिंग या बैठन वास्ते वो बनाई गई सन, लेकिन अजकल तो बस इतने रिस्टोर किया गया और हूँ इनका ख्याल भी रखा जा रहा कि इन्हों कोई खराब ना करे। फिलहाल तो एक मार्क तक नहीं लगा होया किसी पास भी। यह देखो तुसी शायद एदी ब्यूटी उस वेले भी ऐनी ना होवे जिनी कि इनू रीस्टोर करन तो बाद कीता गया, और इन्ना खूबसूरत इन्ना पन्नियां नू फ्रोल फ्रोल के एक 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 मैं कहांगा कि एक एक डिटेल जिहड़ी है वॉल फ्रेस्को दी उनू दस्या गया है। मैं हाँ थोड़ा अपना होस्ट बाबा जी और तुसी देख रहे हो खालसा राज फुटस्टेप्स इन पाकिस्तान, सिव हिस्टोरिकल प्लेसेस ऑफ पाकिस्तान, द हेरिटेज ऑफ पाकिस्तान और मेरा सोना पंजाब। महाराजा के होर भी पुत्र सन पर शेर सिंह के नाम तो दो बारादरियां ने, दो पैलेसिस ने शेर सिंह के नाम के उत्ते। बाकी बच्चों के नाम के उत्ते कोई खास कोई हवेली कोई बिल्डिंग कोई बाग, एक गुजरांवाला भी बाग जड़ा है वह भी, और एक लाहौर के अंदर जड़ा बाग है वह भी शेर सिंह के नाम तो मनसूब है। एक होर बाग है वह भी शेरांवाला के नाम तो ही मशहूर है। ओ लोग जिहड़े कि कहिंदे ने पाकिस्तान ने कोई भी चीज़ रिस्टोर नहीं कीती, उन्हूं बचाया नहीं है, लेकिन जिवें जिवें हो रहा जिवें जिवें असीं हाईलाइट कर रहे हैं उस उस तरह इन्हां दे उत्ते देखो दोबारा तो काम शुरू हो गया है, चीज़ां दोबारा रिस्टोर कीतियां जा रही ने, उन्हां नूं दोबारा जिहड़ा लोग इंट्रस्ट लै रहे ने। मैं चाहना वां तकरीबन हर जिहड़ा गुरद्वारा है पाकिस्तान दे अंदर उदी सेवा संभाल जड़ी है वह खालसा पंथ को होनी चाहिए है और उन्होंने ही उदी सेवा सामभ देनी चाहिए है। तुसी देख रहे हो बारादरी शेर सिंह और शेरां वाला बाग। तो देखते रहो फिर सेव हिस्टोरिकल प्लेसेस ऑफ पाकिस्तान, सेव गुरुद्वारा एंड टेंपल्स ऑफ पाकिस्तान पंजाब पेज और खालसा राज फुटस्टेप्स इन पाकिस्तान।